जी अस्सलाम वालेकुम दोस्तों मैं मोहम्मद रिजवान एम आर आर्गेनिक वर्मी कंपोस्ट फार्मिंग की जानिब से तमाम दोस्तों को बहुत प्यार भरा सलाम दोस्तों आज इस वक्त मौजूद हूँ मैं गुजरा वाला में हमारे एक दोस्त भाई हैं अब्दुल सलाम भट साहब माशाल्लाह वो आर्गेनिक का बहुत शौक़ रखने वाले हैं ये आप पीछे फर्मेंटेड टेंकियाँ प्लास्टिक की माशाल्लाह डेरों आपको नज़र आ रही होंगी ये ओडब्ल्यू डी सी पे भी काम कर रहे हैं और अब माइक्रो न्यूट्रेंट ऑर्गेनिक पे काम करने के बाद अब ये नेक्स्ट स्टेप ले रहे हैं वर्मी कंपोस्ट पे तो ये माशाल्लाह कमर्शियली शुरू करना चाह रहे हैं ये मेरे पीछे आपको बेड्स नज़र आ रहे होंगे ये पचास पचास फीट लंबे दो बेड हैं ये माशाल्लाह कमर्शियली शुरू कर रहे हैं वर्मी कंपोस्ट ਅਸਲਾਮੁਅਲੈਕਮ ਸਲਮ ਭਾਈ ਤੁਸੀਂ ਕੈਚਵਾ ਪਾਇਆ ਹੈ ਬੈੱਡ ਦੇ ਵਿੱਚ ਜੀ ਜੀ ਤੇ ਇਹ 10000 ਕੈਚਵਾ ਸੀ ਤੁਹਾਨੂੰ ਕਿੰਨਾ ਕੁ ਲੱਗਾ ਹੈ ਕਿ ਪੂਰਾ ਹੈ ਵੀ ਸੀ ਕਿ ਨਹੀਂ ਇਹ ਇਨਸ਼ਾਅੱਲਾ ਪੂਰਾ ਲੱਗਾ ਮੈਨੂੰ ਕਿਉਂ ਨਹੀਂ ਮਸਲਾ ਠੀਕ ਸੀ ਬੇਤਰ ਸੀ ਵੇਖਿਆ ਵੀ ਇਹ ਕੁਝ ਤਾਕਤਵਾਰ ਜੀ ਸਹੀ ਸੀ 10 ਫੁੱਟ ਬੈੱਡ ਦੇ 10000 ਕੈਚਵਾ ਸੀ ਹਾਂ ਤੇ ਮਸਲਾ ਠੀਕ ਲੱਗਾ ਦੂਸਰਾ ਐਕਟਿਵ ਕੈਸਾ ਸੀ ਬੈੱਡ ਦੇ ਵਿੱਚ ਪਾਉਂਦੇ ਆ ਕਿੰਨੀ ਦੇਰ ਦੇ ਵਿੱਚ ਚਲਾ ਗਿਆ ਥੱਲੇ ਮੈਕਸਿਮਲ ਇਹਨਾਂ ਨੂੰ 2 ਮਿੰਟ ਵੀ ਨਹੀਂ ਪੂਰੇ ਲੱਗੇ ਉਹਨੇ 2 ਮਿੰਟ ਵੀ ਨਹੀਂ ਲੱਗੇ ਹਾਂਜੀ ਤੇ ਚਲਾ ਗਿਆ ਰਚ ਗਿਆ ਮੇਰੇ ਸਾਨੂੰ ਤੇ ਗੋਬਰ ਦੇ ਵਿੱਚ ਹਾਂ ਹੁਣ ਇੱਥੋਂ ਥੋੜਾ ਜਿਹਾ ਪ੍ਰਾਲੀ ਦੀ ਮਲਚ ਹਟਾ ਕੇ ਦੱਸਿਓ ਦੋਸਤਾਂ ਨੂੰ ਕਿ ਕੋਈ ਉੱਤੇ ਤੇ ਨਹੀਂ ਨਜ਼ਰ ਆ ਰਿਹਾ ਨਹੀਂ ਨਹੀਂ ਉੱਤੇ ਕੋਈ ਨਹੀਂ ਨਜ਼ਰ ਆ ਰਿਹਾ ਬਸ ਕੁਝ ਛੋਟੇ ਬੱਚੇ ਨੇ ਜਿਹੜੇ ਮਤਲਬ ਕਿ ਭਈ ਜਿਹੜੇ ਨਹੀਂ ਜਾ ਸਕਦੇ ਸੀ ਥੋੜਾ ਜਾਣ ਕੇ ਜਰਾ ਥੋੜਾ ਠਹਿਰ ਕੇ ਹਾਂ ਇਹ ਉੱਤੇ ਮਲਚ ਕਰਤੀ ਹੈ ਨਾ ਹਾਂਜੀ ਹਾਂਜੀ ਉਹ ਸਾਈਡ ਤੋਂ ਅੱਗੇ ਅੱਗੋਂ ਚੁੱਕੋ ਦੋਸਤੋ ਕੈਚਵਾ ਪਾਣਦਿਆਂ ਨਾਲ ਹੀ ਅਸੀਂ ਉੱਤੇ ਪ੍ਰਾਲੀ ਦੀ ਮਲਚ ਕਰਕੇ ਤੇ ਪਾਣੀ ਦਾ ਸ਼ਾਵਰ ਕਰਤਾ ਹਾਂਜੀ ਇਸ ਵਾਸਤੇ ਟਾਪ ਤੋਂ ਹੀ ਖਾਣਾ ਸ਼ੁਰੂ ਕਰੇ ਟਾਪ ਤੇ ਰਵੇ ਟਾਪ ਤੋਂ ਖਾਂਦਾ ਖਾਂਦਾ ਜਿਹੜਾ ਨਾ ਫੇਰ ਥੱਲੇ ਜਾਏ ਇਹਦਾ ਮਕਸਦ ਵੀ ਇਹੀ ਹੁੰਦਾ ਹੈ ਕਿ ਟਾਪ ਤੋਂ ਖਾਂਦਾ ਥੱਲੇ ਜਾਏ ਇਹ ਵੇਖੋ ਇੱਥੇ ਕੋਈ ਨਜ਼ਰ ਨਹੀਂ ਆ ਰਿਹਾ ਉੱਥੇ ਇੱਕ ਅੱਧਾ ਨਜ਼ਰ ਆਇਆ ਤੇ ਬਾਕੀ ਸਾਰਾ ਕੈਚਵਾ ਐਕਟ ਵੀ ਕੋਈ ਬੈਡ ਦੇ ਉੱਤੇ ਤੇ ਨਹੀਂ ਮਰਿਆ ਹੋਇਆ ਨਜ਼ਰ ਆਇਆ ਕੋਈ ਸਾਰੇ ਥੱਲੇ ਚਲ ਗਏ ਸੀ ਅੱਲਾ ਦੇ ਹੁਕਮ ਨਾਲ ਕੰਮ ਸਾਰਾ ਸਹੀ ਹੋ ਗਿਆ ਵੇ ਚਲੋ ਜੀ ਦੋਸਤੋ ਤੁਹਾਡਾ ਬਹੁਤ ਸ਼ੁਕਰੀਆ ਤਾਂ ਬੰਦੇ ਨੇ ਬਿਲਕੁਲ ਹਾਂਜੀ ਹਾਂਜੀ ਆਪਣਾ ਨਹੀਂ ਰੱਖਦੇ ਹੈ ਇਹ ਚੀਜ਼ਾਂ ਦਾ ਸ਼ੌਕ ਹੈ ਚਲ ਅੱਲਾ ਖੈਰ ਕਰੇ ਇਹਨਾਂ ਨੂੰ ਸ਼ੌਕ ਪੈ ਜਾਏਗਾ ਹੁਣ ਹਾਂਜੀ ਦੋਸਤੋ ਬੈਡ ਜਿਹੜਾ ਆਲਰੇਡੀ ਤਿਆਰ ਸੀ ਇਹਦੇ ਉੱਤੇ ਪਾਣੀ ਦਾ ਛੜਕਾਓ ਕਰਨ ਤੋਂ ਬਾਅਦ ਹੁਣ ਰੈਡ ਵਿਗਲਰਸ ਆਸਟ੍ਰੇਲੀਅਨ ਵਰਮ ਜਿਹਨੂੰ ਕੰਪੋਸਟਿੰਗ ਵਰਮ ਕਿਹਾ ਜਾਂਦਾ ਹੈ ਉਹ ਹੁਣ ਬੱਡਾਂ ਤੇ ਅਸੀਂ ਪਾਣਾ ਸ਼ੁਰੂ ਕਰ ਦਿੱਤਾ ਹੈ ਤੁਸੀਂ ਵੇਖੋਗੇ ਕਿ ਇਹ ਮਾਸ਼ਾਅੱਲਾ ਬਿਲਕੁਲ ਐਕਟਿਵ ਹੈ ਔਰ ਖਾਸੀ ਤਰ੍ਹਾਂ ਦੇ ਵਿੱਚ ਹੈ ਦੋਸਤ ਇਹਦੇ ਤੇ ਥੋੜਾ ਥੋੜਾ ਕਰਕੇ ਯਾਨੀ ਕਿ ਹਲਾ ਹਲਾ ਕੇ ਇਹਦੇ ਤੇ ਬੈੱਡ ਦੇ ਉੱਤੇ ਜਿਹੜਾ ਨਾ ਉਹ ਪਾ ਰਹੇ ਨੇ। ਔਰ ਵੀਡੀਓ ਤੁਹਾਡੇ ਨਾਲ ਪ੍ਰੋਪਰ ਸ਼ੇਅਰ ਕਰਨ ਦਾ ਮਕਸਦ ਇਹ ਸੀ ਕਿ ਕਈ ਦੋਸਤ ਬਾਜ਼ੁਕਾਤ ਗਲਤੀ ਕਰਦੇ ਨੇ ਉਹ ਗਲਤੀ ਕੀ ਕਰਦੇ ਨੇ ਕਿ ਬੈੱਡ ਦੇ ਸੈਂਟਰ ਦੇ ਵਿੱਚ ਜਿਹੜੀ ਹੈ ਨਾ ਉਹ ਖੇਲੀ ਬਣਾ ਦਿੰਦੇ ਨੇ। ਉਹ ਜਦੋਂ ਖੇਲੀ ਬਣਾਉਂਦੇ ਨੇ ਤੇ ਫਿਰ ਕੈਚ ਉਹਦੇ ਵਿੱਚ ਪਾਉਂਦੇ ਨੇ ਤੇ ਫਿਰ ਦੁਬਾਰਾ ਉਹ ਤੋਂ ਖੇਲੀ ਵਿੱਚ ਬੈੱਡ ਦਾ ਮੂੰਹ ਜਿਹੜਾ ਨਾ ਉਹ ਬੰਦ ਕਰ ਦਿੰਦੇ ਨੇ। ਉਹ ਇਸ ਤਰ੍ਹਾਂ ਹੁੰਦਾ ਹੈ ਕਿ ਬਾਜ਼ਕਾਤ ਉਦੋਂ ਖੇਲੀ ਦੇ ਵਿੱਚ ਕੈਚਆਪ ਆਇਆ ਹੋਏ ਨਾ ਤੇ ਬੈੱਡ ਦੇ ਵਿੱਚ ਹੀਟ ਪੈਦਾ ਹੋਏ ਤੇ ਕੈਚਆਪ ਸਾਰਾ ਦਾ ਸਾਰਾ ਉਸੇ ਖੇਲੀ ਦੇ ਵਿੱਚ ਸੈਂਟਰ ਦੇ ਵਿੱਚ ਆਮੂਮਨ ਬੈੱਡ ਉੱਚਾ ਹੁੰਦਾ ਹੈ ਤੇ ਉਹ ਸੈਂਟਰ ਦੇ ਵਿੱਚ ਹੀਟ ਪੈਦਾ ਹੁੰਦੀ ਹੈ ਤੇ ਸੈਂਟਰ 'ਚ ਹੀ ਖੇਲੀ ਬਣਾ ਕੇ ਦੋਸਤੋਂ ਦੇ ਵਿੱਚ ਕੈਚਆਪ ਆ ਪਾ ਦਿੰਦੇ ਨੇ ਔਰ ਉਹ ਸਾਰਾ ਦਾ ਸਾਰਾ ਮਰ ਜਾਂਦਾ ਹੈ ਕਿਸਾਨ ਦਾ ਸਾਡੇ ਦਾ ਮਾਸ਼ੀ ਨੁਕਸਾਨ ਹੋ ਜਾਂਦਾ ਹੈ ਇਸ ਵਜ੍ਹਾ ਕਰਕੇ ਬਿਹਤਰ ਤਰੀਕਾ ਇਹ ਹੁੰਦਾ ਹੈ ਕਿ ਬੈੱਡ ਦੇ ਟਾਪ ਦੇ ਉੱਤੇ ਹੀ ਆ ਸਾਰੇ ਬੈੱਡ ਦੇ ਉੱਤੇ ਜਿਸ ਤਰ੍ਹਾਂ ਦੋਸਤ ਪਾ ਰਹੇ ਨੇ ਕੈਚਆਪ ਇਸ ਤਰੀਕੇ ਨਾਲ ਸਾਰਾ ਰੈਡ ਵਿਗਲਰ ਜਿਹੜਾ ਨਾ ਉਹ ਬਖੇਰਿਆ ਜਾਏ ਉੱਤੇ ਪਤਲਾ ਪਤਲਾ ਥੋੜਾ ਥੋੜਾ ਕਰਕੇ ਹੱਥ ਦੀ ਮਦਦ ਨਾਲ ਜਿਸ ਤਰੀਕੇ ਨਾਲ ਦੇਖੋ ਮਾਸ਼ਾਅੱਲਾ ਦੋਸਤ ਅਸੀਂ ਬਹੁਤ ਲੇਟਾ ਵਗੈਰਾ ਜਿੰਨੀ ਕਰਾ ਰਹੇ ਨੇ ਇਸ ਤਰੀਕੇ ਨਾਲ ਜਿਵੇਂ ਪਕੌੜੇ ਗੱਡੀ ਦਾ ਬਿਲਕੁਲ ਇਸ ਤਰੀਕੇ ਨਾਲ ਬਾਰ-ਬਾਰ ਦੋਸਤਾਂ ਨੂੰ ਕਹਿਣਾ ਕਿ ਇਸ ਤਰੀਕੇ ਨਾਲ ਇਹਨੂੰ ਜਿਹੜਾ ਨਾ ਬੈੱਡਾਂ ਦੇ ਉੱਤੇ ਪਾਇਆ ਕਰੋ ਇਹ ਜਿਹੜਾ ਬੈੱਡ ਹੈ ਸਾਰੇ ਇਹ ਲੇ ਆ ਗਏ ਸੈਟ ਲਾ ਇਹਦੇ ਤੇ 10000 ਕੈਚਵਾ ਪਾਇਆ ਜਾ ਰਿਹਾ ਹੈ ਔਰ ਅਲhamdulillah 2 ਮਹੀਨੇ ਦੇ ਵਿੱਚ ਇਹ ਸਾਰਾ ਦਾ ਸਾਰਾ ਗੋਬਰ ਖਾ ਕੇ ਡਾਈਜੈਸਟ ਕਰਕੇ ਸਕਰੀਟ ਕਰ ਦੇਗਾ ਔਰ ਵਰਮੀ ਕੰਪੋਸਟ ਸਾਨੂੰ ਇਥੋਂ ਤਕਰੀਬਨ 220 ਕਿਲੋ 200 ਕਿਲੋ ਵਰਮੀ ਕੰਪੋਸਟ ਤਿਆਰ ਕਰਕੇ ਦੇਗਾ ਔਰ ਆਪਣੇ ਆਪ ਨੂੰ ਡਬਲ ਤੋਂ ਜ਼ਿਆਦਾ ਮਲਟੀਪਲਾਈ ਕਰ ਚੁੱਕਿਆ ਹੋਏਗਾ ਯਾਨੀ ਕਿ ਫੇਰ 20 ਫੁੱਟ ਬੈਡ ਲੱਗ ਜਾਣਗੇ 70 ਤੋਂ 80 ਦਿਨ ਬਾਅਦ ਤੇ ਅੱਗੇ 10 ਫੁੱਟ ਤੋਂ ਤਕਰੀਬਨ ਜਿਹੜਾ ਨਾ 16 ਫੁੱਟ ਸਾਲ ਦੇ ਵਿੱਚ ਸੌਰੀ 16 ਬੈੱਡ 10 ਫੁੱਟ ਦੇ ਇੱਕ ਬੈੱਡ ਤੋਂ 16 ਬੈੱਡ ਸਾਲ ਦੇ ਵਿੱਚ ਤਿਆਰ ਹੋ ਜਾਣਗੇ। ਔਰ ਇੱਕ ਗੱਲ ਮੈਂ ਦੋਸਤਾਂ ਨੂੰ ਜ਼ਰੂਰੀ ਇੱਥੇ ਦੱਸਦਾ ਜਾਵਾਂ ਕਿ 16 ਬੈੱਡ ਤਾਂ ਹੀ ਤਿਆਰ ਹੋਣੇ ਨੇ ਸਾਲ ਦੇ ਵਿੱਚ ਅਗਰ ਬੈੱਡਾਂ ਦੇ ਵਿੱਚ ਕੈਚਵੌਪ ਆਇਆ ਜਾਏਗਾ ਤੇ ਜੇ ਕਲਚਰ ਨਾ ਦੇਣਾ ਤੋਂ ਸਿਰਫ ਗੋਬਰੀ ਕੋਈ ਪਾਗ ਆ ਤੁਹਾਡੇ ਬੈੱਡਾਂ ਦੇ ਵਿੱਚ ਤੇ ਫਿਰ ਇਹ 6 ਫੁੱਟ ਦਾ ਬੈੱਡ ਹੀ ਤੁਹਾਡਾ ਜਿਹੜਾ 10 ਫੁੱਟ ਦਾ ਬੈੱਡ ਹੀ 6 ਮਹੀਨੇ ਲੱਜੇਗਾ। ਠੀਕ ਹੈ ਜੀ। ਛੇ ਮਹੀਨੇ ਬਾਅਦ ਜਾ ਕੇ ਕਿਤੇ ਕੋ ਤੁਹਾਡਾ 5-10 ਹਜ਼ਾਰ ਕੈਚ ਆਏਗਾ ਫਿਰ ਤੁਸੀਂ ਵੇਖਦੇ ਰਹੋਗੇ ਬੈੱਡ ਦੇ ਉੱਤੇ ਵਰਮੀ ਕੰਪੋਸਟ ਨਹੀਂ ਤਿਆਰ ਹੋਈ ਕੈਚ ਵਾ ਸਾਡਾ ਕਿਉਂ ਨਹੀਂ ਡਬਲ ਤੋਂ ਜ਼ਿਆਦਾ ਮਲਟੀਪਲਾਈ ਹੋ ਰਿਹਾ ਤੇ ਇਸ ਵਜ੍ਹਾ ਕਰਕੇ ਤੁਸੀਂ ਉਸ ਬੰਦੇ ਕੋਲੋਂ ਲਵੋ ਜਿਹੜਾ ਕੋਸ਼ਿਸ਼ ਕਰਦਾ ਕਿ ਮੈਂ ਕਿਸੇ ਨਾਲ ਧੋਖਾ ਨਾ ਕਰਾਂ ਜਾਂ ਆਪਣੇ ਆਪ ਨਾਲ ਵੀ ਤੁਸੀਂ ਧੋਖਾ ਨਾ ਕਰੋ ਬੜੀ ਇhtiyat ਨਾਲ ਜ਼ਿੰਮੇਵਾਰੀ ਨਾਲ ਕੰਮ ਕਰਨ ਵਾਲਾ ਭਾਈ ਜਾਨੇ ਐਵੇਂ ਨਹੀਂ ਗੱਲਾਂ ਦੇ ਵਿੱਚ ਕਿਸੇ ਦੀਆਂ ਦੇ ਵਿੱਚ ਆ ਕੇ ਤੇ ਆਪਣਾ ਜਿਹੜਾ ਨਾ ਔਰ ਸਾਲੀਆਂ 6 ਮਹੀਨੇ ਇਸ ਜ਼ੇਨੀ ਔਰ ਮਾਸ਼ੀ ਨੁਕਸਾਨ ਨਹੀਂ ਕਰਵਾਉਣਾ ਕਿਸੇ ਕੋਲੋਂ ਇਹ ਨਾ ਚੀਜ਼ਾਂ ਦਾ ਧਿਆਨ ਰੱਖਣਾ ਅਕਸਰ ਦੋ ਸਵਾਲ ਕਰਦੇ ਨੇ ਕਿ ਯਾਰ ਸਾਨੂੰ ਤੇ 6 ਮਹੀਨੇ ਹੋ ਗਿਆ ਬੈੱਡ ਲਾਇਦੇ ਤੇ ਸਾਡੇ ਤੇ ਉਹ ਉੰਜ ਦਾ ਉੰਜ ਹੀ ਨੇ ਵਜਾ ਕੀ ਕਿ ਉਹ ਦੋਸਤ ਵਜਾ ਸਾਰ ਇਹ ਹੈ ਕਿ ਜਿਸ ਬੰਦੇ ਕੋਲੋਂ ਤੁਸੀਂ ਕੈਚ ਵਾਲਾ ਹੈ ਤੁਹਾਡੇ ਬੈਡਾਂ ਦੇ ਵਿੱਚ ਉਹ ਕੈਚਵੇ ਨਹੀਂ ਪਾ ਕੇ ਗਿਆ ਨਾ ਉਹ ਕੈਚਵੇ ਨੇ ਗੋਬਰ ਨੂੰ ਖਾਦਾ ਔਰ ਨਾ ਉਹ ਕੰਪੋਸਟ ਹਨ ਤਿਆਰ ਕਰਕੇ ਦਿੱਤੀ ਉਨਾ ਹੀ ਉਹ ਡਬਲ ਤੋਂ ਜ਼ਿਆਦਾ ਮਲਟੀਪਲਾਈ ਹੋਇਆ ਕੈਚਵਾ ਜਿਹੜਾ ਰੈੱਡ ਵਿਗਲਰ ਹੁੰਦਾ ਨਾ ਉਹ ਆਪਣੇ ਵਜ਼ਨ ਦੇ ਮੁਤਾਬਕ ਡੇਲੀ ਦਾ ਗੋਬਰ ਖਾਂਦਾ ਚੌਵੀਾਂ ਘੰਟਿਆਂ ਦੇ ਵਿੱਚ ਔਰ 10 ਫੁੱਟ ਬੈੱਡ ਦੇ ਵਿੱਚ 10 ਕਿਲੋ ਕੈਚਵਾ ਭੇਗਾ ਨਾ ਜਾਂ 10000 ਕੈਚਵਾ ਭੇਗਾ ਨਾ ਆਪਣੇ ਵਜ਼ਨ ਦੇ ਮੁਤਾਬਕ ਖਾਏਗਾ ਔਰ ਇਹਦੀ ਸਿਰਫ 50 ਦਿਨ ਦੀ ਖੁਰਾਕ 50ਵਾਂ ਦਿਨਾਂ ਦੀ ਖੁਰਾਕ ਹੁੰਦੀ ਹੈ ਅਸੀਂ ਮੌਸਮ ਦੀ ਤਬਦੀਲੀ ਆ ਵਾਦੇ ਘਾਟੇ ਦਾ ਕਰਕੇ 60 ਤੋਂ 70 ਦਿਨ ਕਹਿੰਨੇ ਆ ਕਿ 60-70 ਦਿਨਾਂ ਦੇ ਵਿੱਚ ਜਿਹੜਾ ਨਾ ਉਹ ਪ੍ਰੋਪਰ ਜਿਹੜਾ ਨਾ ਬੈਡ ਪੂਰਾ ਹੈ ਹਾਰਵੈਸਟ ਹੋ ਜਾਂਦਾ ਹੈ ਫਿਰ ਅੱਗੇ ਬੈਡ ਸ਼ਿਫਟ ਕਰਦੇ ਆ ਕਰਦੇ ਆ ਤਕਰੀਬਨ 70 ਦਿਨ ਲੱਗ ਜਾਂਦੇ ਨੇ ਤੇ 75-70-75 ਦਿਨਾਂ ਦੇ ਵਿੱਚ ਸਾਰਾ ਬੈਡ ਮੁਕੰਮਲ ਅੱਗੇ ਸ਼ਿਫਟ ਹੋ ਜਾਂਦਾ ਔਰ ਕੈਚਵਾ ਡਬਲ ਤੋਂ ਜ਼ਿਆਦਾ ਮਲਟੀਪਲਾਈ ਹੋ ਜਾਂਦਾ ਔਰ ਰੈਡਵਿੱਕਲਰ ਦੀ ਪਛਾਣ ਵੀ ਇਹ ਹੈ ਕਿ ਇਹਦੀ ਟਿਪ ਜਿਹੜੀ ਹੈ ਨਾ yellow ਹੁੰਦੀ ਹੈ ਇਹ ਜਿਵੇਂ ਇਹ ਤੁਹਾਨੂੰ yellow yellow ਟਿਪ ਨਜ਼ਰ ਆ ਰਹੀ ਹੈ ਨਾ ਇਹਦੀ ਇਹ ਹੈ ਜੀ ਆਸਟ੍ਰੇਲੀਆਨ ਵਰਮ ਦੀ ਨਿਸ਼ਾਨੀ ਔਰ ਹੈਲਦੀ ਵਰਮ ਹੈ ਸਾਰਾ ਮਾਸ਼ਾਅੱਲਾ ਔਰ ਜਿਹੜੇ ਦੋਸਤ ਤਿਆਰ ਵਰਮੀ ਕੰਪੋਸਟ ਇਸਤੇਮਾਲ ਕਰਨਾ ਚਾਹ ਰਹੇ ਨੇ ਉਹ ਵੀ ਰਾਬਤਾ ਕਰ ਸਕਦੇ ਨੇ ਜਾਂ ਕੋਈ ਦੋਸਤ ਆਪਣੀ ਖੁਦ ਦੀ ਵਰਮੀ ਕੰਪੋਸਟ ਤਿਆਰ ਕਰਨ ਵਾਸਤੇ ਯੂਨਿਟ ਲਗਵਾਉਣਾ ਚਾਹੁੰਦੇ ਨੇ ਤੇ ਉਹ ਵੀ ਦੋਸਤ ਮੇਰੇ WhatsApp ਨੰਬਰ ਤੇ ਰਾਬਤਾ ਕਰ ਸਕਦੇ ਨੇ ਤੇ ਦੋਸਤੋ ਮੈਨੂੰ ਉਮੀਦ ਹੈ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈਗੀ ਜੇ ਪਸੰਦ ਆਈ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤੇ ਦੋਸਤਾਂ ਦੇ ਨਾਲ ਵੀਡੀਓ ਨੂੰ ਸ਼ੇਅਰ ਵੀ لازਮੀ ਕਰਨਾ ਤਾਂ ਕਿ ਇਹ ਨੌਲੇਜ ਆਰਗੇਨਿਕ ਦਾ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਅਵੇਰਨੈਸ ਤੇ ਬਹੁਤ ਸ਼ੁਕਰੀਆ ਆਪਣਾ ਤੇ ਆਪਣੇ ਪਿਆਰਾਂ ਦਾ ਬਹੁਤ ਸਾ ਖਿਆਰ ਰੱਖਣਾ ਅੱਲਾ ਤੁਹਾਡਾ ਤੇ ਮੇਰਾ ਹਮੀਨਾ ਸਰ ਇੱਕ ਸਾਨ ਜਿੰਦਾਬਾਦ ਪਾਕਿਸਤਾਨ ਪਾਇੰਦਾਬਾਦ